ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ। ਅੱਲਾ ਜੰਮ ਕੇ ਕੋਈ ਸਾਨ ਨਹੀਂ ਕੀਤਾ ਕਿ ਮੈਂ ਧੀਏ ਕੁੱਖ ਦੇ ਵਿੱਚ ਮਾਰੀ ਨਹੀਂ, ਮੈਂ ਕੋਈ ਸਾਨ ਕਰਤਾ ਸਮਾਜ 'ਤੇ। ਉਹਨੂੰ ਪੜ੍ਹਨ ਦਾ ਮੌਕਾ ਵੀ ਦਿਓ, ਫਿਰ ਪੜ੍ਹ ਕੇ ਉਹਨੂੰ ਉੱਡਣ ਦਾ ਮੌਕਾ ਵੀ ਦਿਓ ਕਿ ਉਹ ਨੌਕਰੀਆਂ ਵੱਡੀਆਂ ਵੱਡੀਆਂ ਜੁਆਇਨ ਕਰੇ ਅਤੇ ਵੱਡੇ ਵੱਡੇ ਅਹੁਦਿਆਂ 'ਤੇ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਬੈਠਣ, ਸਲੂਟ ਸਾਡੀਆਂ ਧੀਆਂ ਭੈਣਾਂ ਨੂੰ ਵੀ ਵੱਜਣ। ਕਿਉਂ ਨਹੀਂ ਵੱਜ ਸਕਦੇ ਜੀ, ਪੜ੍ਹਾਈ 'ਚ ਅੱਗੇ ਨੇ। ਹਰ ਰਿਜ਼ਲਟ ਦੇ ਵਿੱਚ ਦੇਖ ਲਿਓ, 8ਵੀਂ 'ਚੋਂ ਕੁੜੀਆਂ ਨੇ ਬਾਜੀ ਮਾਰੀ, 10ਵੀਂ 'ਚੋਂ ਕੁੜੀਆਂ ਫੇਰ ਅੱਗੇ, 12ਵੀਂ 'ਚੋਂ ਕੁੜੀਆਂ ਫਸਟ। ਸੋ ਕਿਹੜੀ ਕਿਹੜਾ ਫੀਲਡ ਹੈ ਜਿਹ 'ਚ ਫਸਟ ਨਹੀਂ ਆਉਂਦੀਆਂ? ਅਤੇ ਇੱਕ ਮੈਂ ਹੋਰ ਖੁਸ਼ਖਬਰੀ ਦੱਸਣ ਲੱਗਿਆ, ਆਉਣ ਵਾਲੇ ਦਿਨਾਂ 'ਚ ਇੱਕ ਕਾਨੂੰਨ ਥੋੜ੍ਹਾ ਜਿਹਾ ਬਦਲਣਾ ਪਊਗਾ, ਕਿਉਂਕਿ ਪਤਾ ਕੀ, ਇਹਨਾਂ ਨੇ ਤਾਂ ਦੇਖਿਆ ਹੀ ਨਹੀਂ ਨਾ ਪਹਿਲਾਂ ਕਿਸੇ ਨੇ। ਅਲਮਾਰੀਆਂ 'ਚ ਹੀ ਪਈਆਂ ਫਾਈਲਾਂ, ਮਿੱਟੀ ਜੰਮ ਪਈ ਉਹਦੇ 'ਤੇ, ਬਸ ਆਓ ਰਿਜੈਕਟ ਕਰੋ ਜਾਓ। ਕਿਸੇ ਨੇ ਸੋਚਿਆ ਨਹੀਂ ਵੀ ਇਹਨੂੰ ਬਦਲ ਵੀ ਸਕਦੇ ਹਾਂ। ਮੇਰੇ ਕੋਲ ਕੁਛ ਭੈਣਾਂ ਆਈਆਂ, ਮੈਂ ਕਿਸੇ ਫੰਕਸ਼ਨ 'ਤੇ ਸੀਗਾ ਡੇਰਾ ਬੱਸੀ, ਇਹ ਹੋਊਗੀ 3 ਕੁ ਮਹੀਨਿਆਂ ਦੀ ਗੱਲ, ਆ ਕੇ ਉਹ ਮੇਰੇ ਰੋਣ ਲੱਗ ਗਈਆਂ। ਮੈਂ ਕਿਹਾ ਦੱਸੋ ਬੇਟਾ, ਕੋਈ ਗੱਲ ਨਹੀਂ, ਭੈਣੇ ਦੱਸੋ ਆਰਾਮ ਨਾਲ। ਉਹ ਕਹਿੰਦੀ ਜੀ, ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ। ਅੱਛਾ ਜੀ, ਕਹਿੰਦੀ ਫਾਇਰ ਬ੍ਰਿਗੇਡ ਦਾ ਸਾਡਾ ਪੇਪਰ ਕਲੀਅਰ ਹੋ ਗਿਆ, ਪਾਸ ਹੋ ਗਏ ਅਸੀਂ। ਅੱਛਾ ਜੀ, ਕਹਿੰਦੇ ਪਰ ਨੌਕਰੀ ਨਹੀਂ ਮਿਲੀ। ਮੈਂ ਕਿਹਾ ਕਿਉਂ? ਕਹਿੰਦੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ, ਉਹਦੇ 'ਚ ਕਹਿੰਦੇ ਅਸੀਂ ਫੇਲ ਹੋ ਗਏ ਹਾਂ। ਮੈਂ ਕਿਉਂ ਫੇਲ ਹੋ ਗਿਆ? ਕਹਿੰਦੇ ਜੀ ਪਤਾ ਨਹੀਂ, ਕੋਈ ਪੁਰਾਣੇ ਰੂਲ ਬਣਾਏ ਹੋਏ ਨੇ, 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਹੈ ਉੱਥੇ, 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਹੈ ਬੋਰੀ। ਮੈਂ ਕਿਹਾ ਜੀ ਇਹ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ, ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ? ਓਲੰਪਿਕ ਦੇ ਰਿਕਾਰਡ ਅਲੱਗ ਅਲੱਗ ਨੇ, 100 ਮੀਟਰ ਦੇ, 100 ਮੀਟਰ ਦੇ, ਕੁੜੀਆਂ ਦੇ ਅਲੱਗ ਰਿਕਾਰਡ ਨੇ, ਮੁੰਡਿਆਂ ਦੇ ਅਲੱਗ ਰਿਕਾਰਡ ਨੇ। BSF ਦੇ ਵਿੱਚ ਭਰਤੀ ਦੇ ਜਿਹੜੇ ਨੇ ਨਿਯਮ ਨੇ ਉਹ ਕੁੜੀਆਂ ਲਈ ਹੋਰ ਨੇ, ਮੁੰਡਿਆਂ ਲਈ ਹੋਰ ਨੇ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਮੈਨੂੰ ਮੌਕਾ ਦਿਓ ਥੋੜ੍ਹਾ ਜਿਹਾ। ਫਿਰ ਮੈਂ ਫਾਇਰ ਸਰਵਿਸ ਵਾਲੇ ਬੁਲਾਏ, ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਿਤਾ ਵੀ ਉਹ ਕੁੜੀ ਜਿਹੜੀ ਹੈ ਫਾਇਰ ਬ੍ਰਿਗੇਡ ਜੇ ਰੱਖ ਲਈ ਅਤੇ ਉੱਥੇ ਅੱਗੇ ਜੇ ਅੱਗ ਲੱਗ ਗਈ ਰੱਬ ਨਾ ਕਰੇ ਕਿਸੇ ਘਰ 'ਚ ਜਾਂ ਕਿਸੇ ਮੰਜ਼ਿਲ 'ਤੇ, ਅਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਹੈ, ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ। ਮੈਂ ਕਿਹਾ ਵੀ ਜੇ 80 ਕਿਲੋ ਦਾ ਹੋਇਆ ਤਾਂ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ, ਨਾਲੇ ਉਹ ਤਾਂ ਜਾਣਗੇ ਵੀ ਇਕੱਠੇ, ਨਾਲ ਮੁੰਡੇ ਵੀ ਤਾਂ ਜਾਣਗੇ, ਅਤੇ ਨਾਲੇ ਤੁਸੀਂ ਕਿਹਨੇ ਕਾਨੂੰਨ ਬਣਾਤਾ ਇਹ ਵੀ 60 ਕਿਲੋ ਦੀ ਹੋਊਗਾ? ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ। ਮੈਂ ਕਿਹਾ ਬਦਲੋ ਇਹਨੂੰ, ਆਉਣ ਵਾਲੀ ਕੈਬਨਿਟ ਦੇ ਵਿੱਚ ਬਦਲਾਂਗੇ। 2, 3, 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ 'ਚ ਕਾਨੂੰਨ ਕੁੜੀਆਂ ਵਾਸਤੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੂਗਾ ਜੀ। ਦੱਸੋ ਐਵੇਂ ਪਈਆਂ ਫਾਈਲਾਂ, ਜੰਮੀਆਂ ਪਈਆਂ ਫਾਈਲਾਂ, ਨੌਕਰੀਆਂ ਦਿਓ, ਬੱਚੇ ਨੌਕਰੀਆਂ ਲੱਭ ਰਹੇ ਨੇ, ਤੁਸੀਂ ਕਾਨੂੰਨਾਂ 'ਚ ਫਸੇ ਪਏ ਹੋ। ਸੋ ਇਸ ਤਰ੍ਹਾਂ ਦੇ ਇਨਕਲਾਬੀ ਫੈਸਲੇ ਆ ਰਹੇ ਨੇ, ਪਹਿਲੀ ਵਾਰ ਹੋਊਗਾ ਇਹ। ਆਹ ਦੇਖੋ SSF ਦੇ ਵਿੱਚ ਕੁੜੀਆਂ ਨੇ, ਤੁਸੀਂ ਦੇਖਦੇ ਹੋਵੋਗੇ,
ਅੱਜ ਜਿਹੜੀਆਂ ਸੜਕਾਂ 'ਤੇ ਗੱਡੀਆਂ ਖੜੀਆਂ ਨੇ ਕੁੜੀਆਂ ਨੇ, ਔਰ ਬੜਾ ਸ਼ਾਨਦਾਰ ਡਿਊਟੀ ਆਪਦੀ ਨਿਭਾ ਰਹੀਆਂ ਨੇ। 1 ਫਰਵਰੀ ਨੂੰ SSF ਬਣੀ ਸੀ, 1 ਅਗਸਤ ਤੱਕ ਦਾ ਅੰਕੜਾ ਆਇਆ ਕਿ 1200 ਤੋਂ ਉੱਪਰ ਮੌਤਾਂ ਘੱਟ ਹੋਈਆਂ ਨੇ ਪਿਛਲੇ ਸਾਲ ਇਹਨਾਂ ਮਹੀਨਿਆਂ ਦੇ ਮੁਕਾਬਲੇ। 1200 ਬੰਦਿਆਂ ਦੀ ਜਾਨ ਬਚਾਤੀ SSF ਨੇ, ਸੜਕਾਂ 'ਤੇ ਪਹੁੰਚ ਜਾਂਦੇ ਆ ਛੇਤੀ, ਬਲੱਡ ਰੋਕ ਦਿੰਦੇ ਆ, ਪੱਟੀਆਂ ਕਰ ਦਿੰਦੇ ਆ, ਨਾਲ ਦੀ ਨਾਲ ਚੱਕ ਕੇ ਲੈ ਜਾਂਦੇ ਆ। ਇਕੱਲਾ ਜਾਨਾਂ ਨਹੀਂ ਬਚੀਆਂ, 80 ਲੱਖ ਦੇ ਨੇੜੇ ਤੇੜੇ ਕੈਸ਼ ਅਤੇ ਸੋਨੇ ਦੇ ਜੇਵਰ ਜਿਹੜੇ ਕਿ ਗੱਡੀ 'ਚ ਰਹਿ ਗਏ ਐਕਸੀਡੈਂਟ ਵੇਲੇ, ਉਹ ਵੀ ਉਹਨਾਂ ਦੇ ਘਰੇ ਪਹੁੰਚਾਏ ਨੇ ਉਹਨਾਂ ਦੇ ਵਾਰਸਾਂ ਦੇ। ਕਿਉਂਕਿ ਉਸ ਵੇਲੇ ਤਾਂ ਕੋਈ ਦੇਖਦਾ ਨਹੀਂ ਨਾ ਮੇਰਾ ਪਰਸ ਕਿੱਥੇ ਆ, ਉਸ ਵੇਲੇ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਹੈ। ਆਹ ਵੀ ਨਾਲ SSF, ਔਰ ਪੰਜਾਬ ਪਹਿਲਾ ਸਟੇਟ ਹੈ ਜਿਹਦੇ ਕੋਲ ਸੜਕਾਂ ਵਾਸਤੇ ਆਪਣੀ ਅਲੱਗ ਪੁਲਿਸ ਹੈ। ਹੁਣ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਮਿਲਦੇ ਨੇ, ਜਦੋਂ ਉਹ ਕਹਿੰਦੇ ਨੇ ਜੀ SSF ਦੀ ਟ੍ਰੇਨਿੰਗ ਕਿੱਥੇ ਹੁੰਦੀ ਹੈ ਅਤੇ ਕੀ ਉਹਦੇ 'ਚ ਗੱਡੀ 'ਚ ਹੁੰਦਾ ਅਤੇ ਕੀ ਉਹਦੇ 'ਚ ਸਹੂਲਤਾਂ ਨੇ, ਸਾਨੂੰ ਦੱਸ ਦਿਓ। ਮੈਂ ਕਿਹਾ ਜੀ ਟ੍ਰੇਨਿੰਗ ਆਓ, ਤੁਹਾਨੂੰ ਅਸੀਂ ਪੰਜਾਬ 'ਚ ਕਰਾਵਾਂਗੇ, ਪੰਜਾਬ 'ਚ ਤੁਹਾਨੂੰ ਟ੍ਰੇਨਿੰਗ ਦੇਵਾਂਗੇ, ਤੁਹਾਨੂੰ ਦੱਸ ਦਾਂਗੇ, ਆਹ ਲੱਗੂ, ਪੈਸੇ ਵੀ ਲਵਾਂਗੇ ਅਸੀਂ ਤੁਹਾਡੇ ਤੋਂ, ਕਿਉਂਕਿ ਅਸੀਂ ਤਾਂ ਟ੍ਰੇਨਿੰਗ ਦੇਣ ਦੇ, ਕਿਉਂਕਿ ਪੰਜਾਬ ਦੇ ਸੂਬੇ ਨੂੰ ਥੋੜ੍ਹਾ ਫਾਇਦਾ ਤਾਂ ਹੋਵੇ ਕਿ ਅਸੀਂ ਤਾਂ ਪਹਿਲਾਂ ਜਿਹੜਾ ਇੱਦਾਂ ਹੀ ਹਰੀ ਕ੍ਰਾਂਤੀ 'ਚ ਝੋਨਾ ਦੇਈ ਗਏ, ਪਤਾ ਉਦੋਂ ਲੱਗਿਆ ਕਿ ਝੋਨਾ ਨਹੀਂ ਦਿੱਤਾ ਥੱਲੋਂ ਪਾਣੀ ਦੇਤਾ, ਅਸੀਂ ਤਾਂ ਬੰਜਰ ਹੋਏ ਪਏ ਹਾਂ। ਸੋ ਅਸੀਂ ਤਾਂ ਭਾਈ ਹੁਣ ਪ੍ਰੋਫੈਸ਼ਨਲ ਹੋਵਾਂਗੇ, ਹੁਣ ਟ੍ਰੇਨਿੰਗ ਲੈਣੀ ਹੈ SSF ਦੀ, ਆ ਜਾਓ ਕਪੂਰਥਲੇ ਕਰਾਈਏ ਟ੍ਰੇਨਿੰਗ, ਤੁਹਾਨੂੰ ਵੀ ਕਰਾ ਦਾਂਗੇ। ਸੋ ਇਸ ਕਰਕੇ ਕੋਈ ਇਹੋ ਜਿਹੀਆਂ ਚੀਜ਼ਾਂ ਕਰੀਏ ਕਿ ਲੋਕ ਆਪਣੇ ਤੋਂ ਸਿੱਖਣ। ਪਹਿਲਾਂ ਵੀ ਪੰਜਾਬ ਲੀਡ ਕਰਦਾ ਰਿਹਾ, ਅੱਜ ਵੀ ਲੀਡ ਕਰੇ, ਹਰ ਲਹਿਰ 'ਚ ਪੰਜਾਬ ਲੀਡ ਕਰਦਾ ਰਿਹਾ। ਪੰਜਾਬੀਆਂ ਤੋਂ ਸਿੱਖਦੇ ਨੇ ਕਿ ਕਿਵੇਂ ਕਰਨਾ, ਕੀ ਕਰਨਾ। ਮੈਂ ਜਦੋਂ ਮੋਹਾਲੀ ਰਹਿੰਦਾ ਸੀ ਤਾਂ ਮੇਰੇ ਨਾਲ ਗੁਆਂਢੀ ਬ੍ਰਿਗੇਡੀਅਰ ਬਲਵੀਰ ਸਿੰਘ ਜੀ ਰਹਿੰਦੇ ਸੀ, ਪੈਰਾਸ਼ੂਟ ਦੇ, ਉਹ ਪੈਰਾ ਦੇ ਵਿੱਚ ਸੀਗੇ, ਸੋ ਪੈਰਾਸ਼ੂਟ ਰਾਹੀਂ ਉਤਰਦੇ ਰਹੇ ਆ। ਤਾਂ ਉਹਨਾਂ ਨੇ ਉਸ ਵੇਲੇ, ਉਹਨਾਂ ਦੀ ਉਮਰ ਹੋਣੀ 95 ਤੋਂ ਉੱਪਰ ਅੱਜ, ਅਤੇ ਉਹ ਬਾਰਡਰ ਬੂਡਰ ਜਿਹਾ ਸਾਰਾ ਉਹਨਾਂ ਨੇ ਬਣਾਇਆ। ਜਦੋਂ ਵੀ ਕੋਈ ਕਾਰਗਿਲ 'ਚ ਜਾਂ ਕਿਤੇ ਸਮਝ ਲਓ ਕੋਈ ਫੌਜ ਫੂਜ ਦਾ ਕੋਈ ਕੰਮ ਹੈ ਤਾਂ ਸਾਡੇ ਘਰ ਦੇ ਮੂਹਰੇ ਫੌਜੀਆਂ ਦੇ ਅਫਸਰਾਂ ਦੀਆਂ ਗੱਡੀਆਂ ਅਤੇ ਵੱਡੀਆਂ ਵੱਡੀਆਂ ਫੌਜ ਦੀਆਂ ਗੱਡੀਆਂ ਆ ਜਾਂਦੀਆਂ ਸੀ, ਅਸੀਂ ਸਮਝ ਜਾਂਦੇ ਸੀ ਕੋਈ ਹੱਦ 'ਤੇ ਪੰਗਾ ਪਿਆ ਹੋਇਆ। ਬ੍ਰਿਗੇਡੀਅਰ ਸਾਹਿਬ ਤੋਂ ਸਲਾਹ ਲੈਣ ਆਉਂਦੇ ਸੀ, ਜਨਾਬ ਦੱਸੋ ਕਿਵੇਂ ਕਰਨਾ, ਕਿੱਥੋਂ ਦੀ ਜਾਈਏ, ਕੀ ਕਰੀਏ, ਕਿਉਂਕਿ ਉਹਨਾਂ ਕੋਲ ਤਜਰਬਾ ਸੀ। ਫੌਜ ਹਮੇਸ਼ਾ ਦੇਖਿਓ ਤੁਸੀਂ, ਫੌਜ ਆਪਣੇ ਜਿਹੜੇ ਸਾਬਕਾ ਫੌਜੀ ਨੇ ਉਹਨੂੰ ਕਦੇ ਛੱਡਦੀ ਨਹੀਂ, ਸਾਬਕਾ ਅਫਸਰ ਨੇ ਉਹਨੂੰ ਤਾਂ ਬਹੁਤ, ਕਿਉਂਕਿ ਉਹਨਾਂ ਦੇ ਤਜਰਬੇ ਨੂੰ ਇਸਤੇਮਾਲ ਕਰਦੇ ਰਹਿੰਦੇ ਆ। ਸੋ ਅਸੀਂ ਵੀ ਇੱਦਾਂ ਹੀ ਕਰਾਂਗੇ, ਸਾਡੇ ਕੋਲ ਤਾਂ ਮਾਰਸ਼ਲ ਆਰਟ ਦੇ, ਸਾਡਾ ਗੱਤਕਾ ਹੈ, ਸਾਡੇ ਤਾਂ ਜਿੰਨਾ ਵੀ ਸਾਡੇ ਟ੍ਰੇਨਿੰਗਾਂ ਹੁੰਦੀਆਂ ਨੇ 1 ਟ੍ਰੇਨਿੰਗਾਂ ਸਾਡੀਆਂ ਨੇ। ਸੋ ਇਸ ਕਰਕੇ ਮੈਂ ਅੱਜ ਦੇ ਮੌਕੇ 'ਤੇ ਖਾਸ ਤੌਰ 'ਤੇ ਵਧਾਈ ਵੀ ਦਿੰਦਾ ਭੈਣਾਂ ਨੂੰ। ਨਾਲ ਇਹ ਵੀ ਹੈ, ਅੱਜ ਇੱਕ ਹੋਰ ਅਨਾਊਂਸਮੈਂਟ ਵੀ ਕਰਨ ਲੱਗਿਆ ਕਿ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ, ਕਿੰਨੇ ਕੁ ਦਿਨਾਂ 'ਚ ਮੈਡਮ ਕਰਾਂਗੇ ਨੋਟੀਫਿਕੇਸ਼ਨ, ਇਹ ਐਸੇ ਸੈਸ਼ਨ 'ਚ ਲਿਆਉਂਗੇ, ਆਹ ਜਿਹੜਾ ਸੈਸ਼ਨ ਹੈ ਮੌਨਸੂਨ ਸੈਸ਼ਨ, ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿੱਲ ਆ ਜਾਊਗਾ। 3000 ਅਸਾਮੀਆਂ ਆਂਗਣਵਾੜੀ ਦੀਆਂ ਅਸੀਂ ਕ੍ਰੀਏਟ ਕਰਕੇ ਭਰਾਂਗੇ ਜੀ, 3000 ਕੰਮ ਮਿਲੂਗਾ, ਲੋਕਾਂ ਨੂੰ ਆਸਾਨੀ ਹੋਊਗੀ, ਲੋਕਾਂ ਨੂੰ ਸਹੂਲਤ ਮਿਲੂਗੀ। ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ, ਟੈਕਸ ਰਾਹੀਂ ਪੈਸੇ ਲੈਣੇ ਹੈ, ਸਹੂਲਤਾਂ ਰਾਹੀਂ ਪੈਸੇ ਦੇਣੇ ਹੈ, ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ। ਪਹਿਲਾਂ ਕੀ ਸੀ, ਇੱਧਰੋਂ ਆਉਂਦਾ ਤਾਂ ਹੈਗਾ ਸੀ, ਇੱਧਰ ਨੂੰ ਜਾਂਦਾ ਨਹੀਂ ਸੀ,
ਉਹ ਇੱਧਰ ਉੱਧਰ ਮੁੜ ਜਾਂਦਾ ਸੀ, ਪਹਾੜਾਂ ਪਹੂੜਾਂ ਵੱਲ ਮੁੜ ਜਾਂਦਾ ਸੀ। ਹਾਂ ਇੱਧਰ ਉਹ ਕਿਤੇ ਆਪਦੇ ਰਿਸ਼ਤੇਦਾਰਾਂ ਵਾਲੇ ਪਾਸੇ ਨੂੰ ਮੁੜ ਜਾਂਦਾ ਸੀ। ਸੋ ਇਸ ਕਰਕੇ ਅੱਜ ਦੇ ਰੱਖੜੀ ਦੇ ਮੌਕੇ ਤੇ ਮੈਂ ਵਿਸ਼ੇਸ਼ ਤੋਹਫਾ ਭੈਣਾਂ ਨੂੰ ਦਿੰਦਾ ਕਿ ਆਸ਼ਾ ਵਰਕਰਾਂ ਦੀਆਂ ਵੀ ਕਾਫੀ ਮੰਗਾਂ ਨੇ, ਪੁਰਾਣੀਆਂ ਲਟਕਦੀਆਂ ਆ ਰਹੀਆਂ ਨੇ। ਮੈਂ ਤੁਹਾਨੂੰ ਦੱਸੀ ਜਾਂਦਾ, ਫਾਈਲਾਂ ਹੀ ਇਹੋ ਜਿਹੀਆਂ ਬਣਾਤੀਆਂ, ਰੂਲ ਹੀ ਇਹੋ ਜਿਹੇ ਬਣਾਤੇ, ਨਾ ਦੇਖੇ ਕਿਸੇ ਨੇ ਪਹਿਲਾਂ, ਹੁਣ ਉਹਨੂੰ ਠੀਕ ਵੀ ਕਰ ਰਹੇ ਹਾਂ। ਟਾਈਮ ਥੋੜ੍ਹਾ ਲੱਗ ਸਕਦਾ, ਕਾਗਜ਼ੀ ਕੰਮ ਨੇ, ਕਈ ਵਾਰੀ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਕੋਈ ਆਰਡਰ ਨੇ, ਉਹ ਵੀ ਜਿਹੜਾ ਉਹਨਾਂ ਤੇ ਪਾਲਣਾ ਕਰਨੀ ਪੈਂਦੀ ਹੈ। ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਛੇ ਤੋਂ ਛੇਤੀ ਕਲੀਅਰ ਕਰਕੇ ਤੇ ਅਸੀਂ ਬੱਚਿਆਂ ਨੂੰ ਨੌਕਰੀ ਦੇ ਦਈਏ। ਸੋ ਮੈਂ ਆ ਹੁਣ ਪਿੱਛੇ ਜੇ ਨਿਯੁਕਤੀ ਪੱਤਰ ਬਣ ਰਿਹਾ ਸੀ, ਉਹ ਇੱਕ ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।